ਮੰਤਰੀ ਦੀ ਸਥਾਈ ਨਿਯੁਕਤੀ ਲਈ ਪੰਜਾਬ ਸਰਕਾਰ ਹੁਣ UPSC ਨੂੰ ਪੈਨਲ ਨਹੀਂ ਭੇਜੇਗੀ ਬਲਕਿ ਆਪਣੇ ਪੱਧਰ ਤੇ ਕਮੇਟੀ ਬਣਾ ਕੇ ਇਹ ਨਿਯੁਕਤੀ ਕਰ ਸਕੇਗੀ। ਪੰਜਾਬ ਵਿਧਾਨ ਸਭਾ ਦੀ ਮੰਗਲਵਾਰ ਨੂੰ ਹੋਈ ਵਿਸ਼ੇਸ਼ ਬੈਠਕ ਦੌਰਾਨ ਪੰਜਾਬ ਪੁਲਿਸ ਸੋਧ ਬਿੱਲ 2023 ਪਾਸ ਕਰਦੇ ਹੋਏ ਇਸ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ ਕੀਤਾ ਜਿਹੜਾ ਬਗੈਰ ਬਹਿਸ ਦੇ ਹੀ ਪਾਸ ਹੋ ਗਿਆ। ਇਸ ਤਹਿਤ ਹੁਣ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਜਾਂ ਸੇਵਾ ਮੁਕਤ ਜੱਜ ਅਧੀਨ ਕਮੇਟੀ ਗਠਿਤ ਕੀਤੀ ਜਾਵੇਗੀ। ਇਸ 'ਚ ਮੁੱਖ ਸਕੱਤਰ UPSC ਦਾ ਮੈਂਬਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਮੈਂਬਰ ਹੋਣਗੇ, ਜਦਕਿ ਗ੍ਰਹਿ ਸਕੱਤਰ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਕਮੇਟੀ ਦੇ ਕਨਵੀਨਰ ਹੋਣਗੇ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਅਤੇ ਸਾਬਕਾ DGP ਵੀ ਕਮੇਟੀ ਦੇ ਮੈਂਬਰ ਦੇ ਰੂਪ 'ਚ ਸ਼ਾਮਲ ਹੋਣਗੇ। ਕਾਬਲ ਗੌਰ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਾਬਕਾ DGP ਪ੍ਰਕਾਸ਼ ਸਿੰਘ ਦੇ ਕੇਸ 'ਚ ਸੂਬਿਆਂ 'ਚ DGP ਦੀ ਸਥਾਈ ਨਿਯੁਕਤੀ ਲਈ ਸੀਨੀਅਰ ਅਧਿਕਾਰੀਆਂ ਦਾ ਪੈਨਲ UPSC ਨੂੰ ਭੇਜਣ ਦਾ ਹੁਕਮ ਦਿੱਤਾ ਸੀ। ਇਸੇ ਤਹਿਤ 3 ਅਧਿਕਾਰੀਆਂ ਦੇ ਪੈਨਲ 'ਚੋਂ 1 ਅਧਿਕਾਰੀ ਦੀ ਚੋਣ ਕਰਕੇ ਉਸਦੀ ਨਿਯੁਕਤੀ DGP ਦੇ ਰੂਪ 'ਚ ਕੀਤੀ ਜਾਂਦੀ ਹੈ, ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ ਤੋਂ ਕਈ ਅਧਿਕਾਰੀ ਕਾਫੀ ਸੀਨੀਅਰ ਹਨ। ਜੇਕਰ UPSC ਨੂੰ ਪੈਨਲ ਭੇਜਿਆ ਜਾਂਦਾ ਹੈ ਤਾਂ ਉਹਨਾਂ ਦਾ ਨਾ 3 ਅਧਿਕਾਰੀਆਂ ਦੇ ਪੈਨਲ 'ਚ ਆਉਣਾ ਮੁਸ਼ਕਲ ਹੋਵੇਗਾ। ਗੌਰਵ ਯਾਦਵ ਨੂੰ 5 ਜੁਲਾਈ 2022 ਨੂੰ ਕਾਰਜਕਾਰੀ DGP ਲਗਾਇਆ ਗਿਆ ਸੀ। ਤੈਅ ਨਿਯਮਾਂ ਮੁਤਾਬਕ ਸਰਕਾਰ ਸਿਰਫ 6 ਮਹੀਨਿਆਂ ਲਈ ਕਾਰਜਕਾਰੀ DGP ਦੀ ਨਿਯੁਕਤੀ ਕਰ ਸਕਦੀ ਹੈ, ਪਰ 12 ਮਹੀਨੇ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਨੇ UPSC ਨੂੰ ਪੈਨਲ ਨਹੀਂ ਭੇਜਿਆ।